हसन जी, ये दिल का आर्जा भी है आपको? जी हाँ, मुझे हार्ट अटैक आया था और दो स्टंट पड़े हैं, और मेरे साथ तो बड़ा मौजाती तौर पे अल्लाह पाक ने करम किया। मैं वो बंदा हूँ कि जो मेडिकली डॉक्टर हॉस्पिटल में 20-22 मिनट जो डेथ डिक्लेयर हो गई थी मेरी। क्या मेडिकली? हाँ, डॉक्टर ने जवाब दे दिया था? जवाब नहीं, वो जो क्या होते हैं इलेक्ट्रिक शॉक, हाँ जी, वो भी 6 लग चुके थे मुझे। वो लगने के बाद उतने में कपड़ा नहीं पा देता। करम हो गया था? करम है हो जिया, करम हो या मेरे से, शुक्र अल्हम्दुलिल्लाह बेहतरीन तरीके नाल। डॉक्टर्स ने मेडिकली बच्चे ने रोना वोना शुरू कर दिया, वो जिस तरह एक वो सिलसिला होता है, उन्होंने जे मैयत एक्सेप्ट कर ली थी बच्चों साहिर है अल्लाह। उसके बाद अच्छा चलो ये बात शुरू हो गई, ये तो प्रोग्राम असंद है, लेकिन हासिल सुनावांगा मैं तुम्हें। वो मैंने जो हार्ट अटैक आया ना, तो उस दिन सी 10 मुहर्रम की रात, चूंकि एक्टिविटीज ऐसी होंगी है कि वह बहरहाल एक फीलिंग ऐसी सी होंगे होंगे जो भी टीवी पर मैं मजलस सुन रहा था रात में लेट नाइट, तो बहरहाल एकदम होया असी डॉक्टर हॉस्पिटल आ गए। जिसले मैंने पता लग गया सी कि भी मैंने कुछ ਇਹ ਨਹੀਂ ਸੀ ਪਤਾ ਅਟੈਕ ਹੋ ਰਿਹਾ ਕਿ ਮਾਮਲਾ ਚੱਲ ਰਿਹਾ, ਵਕਤ ਆ ਗਿਆ, ਇਸ ਤਰ੍ਹਾਂ ਫੀਲ ਹੋ ਰਿਹਾ ਸੀ ਆਖਰੀ ਵਕਤ ਆ। ਹਾਂ, ਅਤੇ ਮੈਂ ਸੋਚ ਲਿਆ, ਮੈਂ ਕਿਹਾ ਯਾਰ 10 ਮੁਹਰਮ ਹੈ ਅਤੇ ਇਸ ਲਈ ਮੈਂ ਮਾਲਕਾਂ ਦੇ ਹਮ ਦੇ ਵਿੱਚ ਉਸ ਇੱਕ ਫੀਲਿੰਗ ਚੱਲ ਰਹੀ ਹੈ, ਅਤੇ ਚਲੋ ਇਸ ਤੋਂ ਅੱਛਾ ਕੀ ਟਾਈਮ ਹੋ ਸਕਦਾ, ਐਸੀ ਯਾਦ ਵਿੱਚ ਐਸੀ ਫੀਲਿੰਗ ਦੇ ਵਿੱਚ ਮੇਰਾ ਅਗਰ ਵਕਤ ਆ ਜਾਵੇ ਤਾਂ ਇਹਦਾ ਮਤਲਬ ਹੈ ਮੈਂ ਇਮਾਨ ਨਾਲ, ਜਾਂ ਆਪਣੀ ਬੋਡੀ ਸੋਚ ਰਹੀ ਹੈ ਉਸ ਟਾਈਮ 'ਤੇ, ਮੈਂ ਉਸ ਵਕਤ ਮੇਰੇ ਜੇਬ 'ਚ ਚੱਲਦਾ। ਅੱਛਾ, ਇਹ ਖਿਆਲ ਆਇਆ ਤਾਂ ਮੈਂ ਉੱਠ ਕੇ ਗਿਆ ਵਾਸ਼ਰੂਮ, ਵਾਹ, ਜਾ ਕੇ ਮੈਂ ਬਕਾਇਦਾ ਮੈਨੇ ਗੁਸਲ ਕੀਆ ਔਰ ਪਸੀਨੇ ਮੇਰੇ ਛੂਟ ਰਹੇ ਹੈ। ਅੱਛਾ, ਮੈਨੂੰ ਹਾਰਟ ਅਟੈਕ ਕਦੇ ਬਲੱਡ ਪ੍ਰੈਸ਼ਰ ਵੀ ਨਹੀਂ ਹੋਇਆ ਥਾ, ਮੈਨੂੰ ਗੁਮਾਨ ਹੀ ਨਹੀਂ ਕਿ ਇਸਕੀ ਕਿਆ ਵੋ ਸਿੰਪਟਮਸ ਹੋਤੇ ਹੈ। ਉਸਕੇ ਬਾਅਦ ਫਿਰ ਮੈਨੇ ਕੱਪੜੇ ਵੋ ਮੈਨੇ ਇਸ ਤਰੀਕੇ ਹੋਏ ਸ਼ਲਵਾਰ ਕਮੀਜ਼ ਨਿਕਾਲ ਲਈ, ਉਹ ਜੈਸੇ ਨਿਕਾਲੀ ਵੋ ਵੀ ਪਸੀਨੇ ਸੇ ਭੀਗ ਗਈ। ਅਬ ਮੈਂ ਬਾਹਰ ਆਇਆ, ਉਹ ਕਮਰੇ ਸੇ ਨਿਕਲਾ, ਤੋ ਬੇਟਾ ਮੇਰਾ ਕੁਛ ਕਿਚਨ ਮੇਂ ਸੇ, ਚੂੰਕਿ ਜਾਗ ਹੀ ਰਹਾ ਥਾ ਵੋ ਵੀ, ਕਿਚਨ ਮੇਂ ਸੇ ਕੁਛ ਲੈਨੇ ਆਇਆ, ਤੋ ਮੈਨੇ ਕਿਹਾ ਯਾਰ ਅਲੀ ਬਾਤ ਸੁਣੋ ਬੇਟਾ, ਉਹ ਆਪਣੇ ਭਾਈ ਰਜ਼ਾ ਕੋ ਬੁਲਾਓ। ਉਹ ਫੌਰਨ ਉਸਨੇ ਆਵਾਜ਼ ਦਿੱਤੀ, ਤਾਂ ਮੁਝੇ ਵੀ ਕਹਿਦਾ ਤੁਸੀਂ ਇਸ ਲਈ ਤਿਆਰ ਹੋ ਕੇ ਆਪ ਕਿਸ ਕਹਾਂ ਜਾ ਰਹੇ ਹੋ ਇਤਨੀ ਰਾਤ ਕੋ, ਬੜਾ ਲਿਸ਼ਕ ਵਿਸ਼ਕ ਕੇ। ਤੇ ਮੈਂ ਕਿਹਾ ਬੇਟੇ ਮੈਂ ਨਹੀਂ ਜਾ ਰਿਹਾ, ਤੁਸੀਂ ਮੈਨੂੰ ਲੈ ਕੇ ਜਾਣਾ। ਅੱਲਾਹ, ਉਹ ਕਹਿੰਦੇ ਕਿੱਥੇ? ਮੈਂ ਕਿਹਾ ਹੋਸਪਿਟਲ ਕੀ ਹੈ, ਮੈਂ ਕਿਹਾ ਮੇਰੀ ਤਬੀਅਤ ਠੀਕ ਨਹੀਂ ਗੀ। ਬਾਹਰ ਮੁਝੇ ਬਿਠਾਇਆ ਔਰ ਮੁਝੇ ਪੁੱਛ ਰਹੇ ਕਿ ਪੰਜਾਬ ਕਾਰਡੀਓਲੋਜੀ, ਪੰਜਾਬ ਕਾਰਡੀਓਲੋਜੀ ਲੈ ਕੇ ਚਲੋ। ਉਹ ਤੇਜ਼ ਗਾੜੀ ਕੇ ਮੈਨੂੰ ਹਾਰਟ ਕਾ ਮਸਲਾ ਹੋ ਗਿਆ। वो जब मैं रास्ते में था, अब ये सोच रहा था कि यार मैं वहाँ पहुँच सकूँ या ना पहुँच सकूँ, क्योंकि अभी यार नहर पे वाबडा टाउन की तरफ से कि यार नहर पे अभी जाऊँगा, ये करूँगा वो, फिर कार्डियोलॉजी का यानी कि आधा घंटा मुझे लग जाएगा। ठीक है, सड़कें सुनसान थी कि वहाँ पर्ची बनाते वो करते हुए अंदर, तो मुझे ऐसा फील हुआ कि मैं शायद टाइम नहीं है मेरे पास। तो डॉक्टर हॉस्पिटल नज़दीक था, मैं बच्चों को वही लेके जाता था, जो अपनी बारी आई तो मेरे रेंज ना बिल भी आना शुरू हो गया। मैं कहा यार उत्थे जावांगा बिल पता नहीं कितना बन जाएगा, बाप की सोच है। आहो ते चलो कोई गल नहीं, फिर बहरहाल मैं दुरूद पाक पढ़ रहा सर, रिलैक्स सा और चा सी कि हुन ਉਸ ਤੋਂ ਪਹਿਲੇ ਮੈਂ ਉਹ 2-4 ਦਿਨ ਉੱਥੇ ਰਿਹਾ, ਕਿਉਂਕਿ ਮਾਨੁੱਲਾ ਸਾਹਿਬ ਉੱਥੇ ਐਡਮਿਟ ਸਨ, ਤੇ ਉਹ ਮੈਂ ਆਪਣਾ ਅਮਾਨਤ ਐਸਾ ਦੇ, ਤੇ ਉਹ ਡਾਕਟਰ ਮੈਨੂੰ ਵੇਖ ਕੇ ਅੱਜ ਕਿਹਨੂੰ ਲੈ ਆਏ ਹੋ ਐਮਰਜੈਂਸੀ 'ਚ? ਮੈਂ ਅਸਲ ਸਾਹਿਬ ਅੱਜ ਕਿਹਨੂੰ ਲੈ ਆਏ ਹੋ? ਮੈਂ ਕਿਹਾ ਨਹੀਂ ਮੈਂ ਨਹੀਂ ਲਿਆਇਆ, ਇਹ ਮੈਨੂੰ ਲੈ ਕੇ ਆਏ ਨੇ। ਕਹਿੰਦੇ ਕੀ ਹੋਇਆ? ਮੈਂ ਕਿਹਾ ਮੈਂ ਜੇ ਹੱਥ ਹੀ ਰੱਖਿਆ ਤਾਂ ਉਹਨੇ ਮੇਰੀ ਸ਼ਕਲ ਗੌਰ ਨਾਲ ਵੇਖੀ, ਤਾਂ ਫੌਰਨ ਉਹਨੇ ਕਿਹਾ ਸਿਸਟਰਸ ਯੇ ਵੋ ਸਟਾਫ, ਉਹ ਉੱਥੇ ਹੀ ਐਮਰਜੈਂਸੀ 'ਚ ਉਹਨਾਂ ਨੇ ਟਮ ਟਮ ਉਹ ਮੇਰੇ ਸਾਹਮਣੇ ਤਿਆਰੀ ਹੋ ਰਹੀ ਹੈ ਮੇਰੇ ਉੱਥੇ ਚਲ ਪਹੁੰਚਦਿਆਂ ਤੱਕ, ਉਹਨਾਂ ਨੇ ਰੈਡੀ ਕੀਤਾ, ਉਹ ਪਨਾਤਾਂ ਜੀ ਅੱਗੇ ਕੀਤੀਆਂ, ਅਤੇ ਮੈਨੂੰ ਇੰਨਾ ਯਾਦ ਹੈ ਕਿ ਮੈਂ ਬੈਠਾ ਅਤੇ ਚੱਲ ਕੇ ਗਿਆ, ਖੁਦ ਬੇਟੇ ਨੂੰ ਮੈਂ ਜਸਤ ਰੱਖਿਆ ਚੱਲ ਕੇ ਗਿਆ, ਉਹ ਬੈਠਾ ਅਤੇ ਫਿਰ ਮੈਨੂੰ ਫਿਰ 3 ਦਿਨਾਂ ਬਾਅਦ ਫਿਰ ਬੱਚੇ ਦੱਸਦੇ ਨੇ ਕੁਛ ਲਿਆ ਹੋਇਆ
ਅੱਧਾ ਘੰਟਾ, ਫਿਰ ਉੱਥੇ ਇੱਕ ਡਾਕਟਰ ਕਾਸਮ ਸੀ, ਯੰਗਸਟਰ ਡਾਕਟਰ, ਉਹ ਕਿਤੇ ਫੈਨ ਸੀ ਵਿਚਾਰਾ, ਬਾਕੀ ਤਾਂ ਸਾਰੇ ਇਸਲਾਮ ਦੁਆਲੇ ਸਨ, ਸਾਰੇ ਜਾਣਦੇ ਵੀ ਸਨ, ਐਜ਼ ਐਨ ਆਰਟਿਸਟ ਵੀ ਪਿਆਰ ਕਰਦੇ ਸਨ। ਉਹਨੇ ਪਤਾ ਨਹੀਂ ਉਹਦੇ ਜ਼ਿਹਨ 'ਚ ਕੀ ਹੈ, ਉਹਨੇ 6 ਇਲੈਕਟ੍ਰਿਕ ਸ਼ੌਕ ਮੈਨ ਲੱਗ ਗਏ ਸਨ, ਕਿਉਂਕਿ ਜ਼ਿਆਦਾ ਨਹੀਂ ਲਾਉਂਦੇ, ਉਹ ਕੱਪੜਾ ਛੱਪੜਾ ਦੇ ਕੇ ਬੱਚੇ ਰੋ ਰਹੇ ਨੇ। ਉਹ 20 ਕੁ ਮਿੰਟਾਂ ਬਾਅਦ ਨਾ ਜਿਸ ਵੇਲੇ ਉਹ ਬਾਡੀ ਸ਼ਾਡੀ ਜਦੋਂ ਖਿੱਚਣ ਲੱਗੇ, ਉਹਨੇ ਕਿਹਾ ਯਾਰ 1 ਮਿੰਟ ਠਹਿਰੋ। ਉਹਨੇ ਚਾਦਰ ਮੇਰੀ ਚੁੱਕੀ, ਉਹਨੇ ਇਲੈਕਟ੍ਰਿਕ ਸ਼ੌਕ, ਇੱਕ ਦੋ, ਯਾਨੀ ਕਿ 7ਵਾਂ, 6 ਪਹਿਲੇ ਲੱਗ ਚੁੱਕੇ ਸਨ, 8ਵਾਂ, ਉਹ ਬਾਕੀ ਡਾਕਟਰਾਂ ਨੂੰ ਫੜੋ, ਨਾ ਕਰ ਰਹੇ, ਮੀਡੀਆ ਦਾ ਬੰਦਾ ਹੈ, ਜੇ ਤਾਂ ਕੇਸ ਬਣ ਜਾਏਗਾ ਤੇ ਉਹਨੇ ਉਹ ਨਹੀਂ ਬਾਜ਼ ਆ ਰਹੇ, ਉਹ ਛੋੜੋ, ਮੁਝ ਪੇ ਕੇਸ ਕਰਵਾ ਦੇਣਾ ਡਾਕਟਰ ਕਾਸਿਮ। ਆਪ ਯਾਨੀ ਕਿ ਉਸ ਟਾਈਮ ਪੇ ਲੋਗੋਂ ਨੇ ਕੰਸੀਡਰ ਕਰ ਲਿਆ ਕਿ ਆਪ, ਉਹ ਤਾਂ ਡੈਡ ਬਾਡੀ ਪੜੀ, ਡੈਡ ਬਾਡੀ ਪੜੀ ਹੈ, ਉਹ ਡਾਕਟਰ ਨੇ ਫਿਰ ਦਫਾ ਸਾਰੇ ਸਿਗਨਲ ਵਿਗਨਲ ਉਹ ਜੋ ਤੇ ਟੂੰ ਟੂੰ ਚੱਲ ਰਹਾ ਹੁੰਦਾ, ਉਹ ਸਾਰਾ ਬੀਪ ਖਤਮ, ਬੱਚੇ ਬਤਾ ਰਹੇ ਬੀਪ ਡੈਡ। ਉਸਕੇ ਬਾਅਦ ਉਹ ਬੰਦਾ ਬਾਜ਼ ਨਹੀਂ ਆਇਆ, ਔਰ ਉਸਨੇ ਕਹਾ ਪਰਚਾ ਹੋਗਾ ਮੁਝ ਪੇ, ਉਹਨੇ ਕਿਹਾ ਇਲੈਕਟ੍ਰਿਕ ਸ਼ੌਕ ਨੇ, ਬਾਡੀ ਫਟ ਜਾਏਗੀ, ਤੇ ਇਹ ਇਹਨਾਂ ਨੇ ਕਹਿਣਾ ਮਾਰ ਦਿੱਤਾ। ਉਹ ਕਹਿ ਰਹੇ ਨੇ ਮੂੰਹ ਦਰ ਮੂੰਹ ਉਹਨੂੰ, ਉਹ ਜਨੂਨ ਨਹੀਂ ਹੋਇਆ, ਵਾਹ ਨਹੀਂ ਕੀ ਰਾਤ ਦੀ ਰਹਿਮਤ ਬੱਚਿਆਂ ਦੀ ਕਿਸੇ ਨੇ ਸੁਣ ਲਿਆ ਦੁਆਵਾਂ। ਉਹਨੇ ਖੈਰ 12ਵਾਂ ਜਿਸਲੇ ਮੈਨੂੰ ਲੱਗਾ ਨਾ ਇਲੈਕਟ੍ਰਿਕ ਸ਼ਾਪ, ਜੇ 12ਵਾਂ ਲਾਇਆ ਤੇ ਬੱਚੇ ਮੈਨੂੰ ਦੱਸ ਦਿੰਦੇ ਕਿ ਇਤਨਾ ਬਾ ਵਾਜ਼ੇ ਬੁਲੰਦ ਤੁਸੀਂ ਕਲਮਾ ਪੜ੍ਹ ਕੇ ਉੱਠ ਕੇ ਬੈਠੇ ਹੋ, ਇਤਨਾ ਬਾ ਵਾਜ਼ੇ ਬੁਲੰਦ ਸੀ ਕਿ ਪੂਰੀ ਐਮਰਜੈਂਸੀ ਨਾ ਇੰਜ ਸਟਨ ਹੋ ਗਈ ਉੱਥੇ, ਉਸ ਜਿੱਥੇ ਜਿੱਥੇ ਸੀ ਉਹ ਖਲੋ ਗਿਆ, ਕਿਉਂਕਿ ਡੈਡ ਬਾਡੀ ਤੇ ਕਲਮਾ ਪੜ੍ਹਦੀ ਉੱਠ ਬੈਠੀ। ਉਹ ਮੈਂ ਕਲਮਾ ਪੜਿਆ ਤੇ ਫਿਰ ਮੈਂ ਡਿੱਗ ਪਿਆ, ਫਿਰ ਉਹਨਾਂ ਨੇ ਮੈਨੂੰ ਵੈਂਟੀਲੇਟਰ ਤੇ ਹਲਕਾ ਹਲਕਾ ਟੂੰ ਟੂੰ ਹੋਣ ਲੱਗ ਗਿਆ, ਜੋ ਬੱਚਿਆਂ ਨੂੰ ਦੱਸਿਆ। ਫਿਰ ਤੀਸਰੇ ਦਿਨ ਮੈਨੂੰ ਫਿਰ ਮੈਂ ਉਹ ਤੇ ਕੋਮੇ ਚਲਾ ਗਿਆ, ਫਿਰ ਉਹ ਕੀ ਲਾਉਂਦੇ ਨੇ ਉਹ ਵੈਂਟੀਲੇਟਰ, ਵੈਂਟੀਲੇਟਰ, ਉਹ ਵੈਂਟੀਲੇਟਰ ਤੇ ਲਗਾ ਤਾ ਉਹਨਾਂ ਨੇ ਮੈਨੂੰ ਉਹਨਾਂ 'ਤੇ, ਮੈਂ 3 ਦਿਨ ਨੂੰ ਬੇਹੋਸ਼ ਹੀ ਰਿਹਾ ਵਾਂ, ਅਤੇ ਉਹ ਕਰਦੇ ਰਹੇ ਜੋ ਇੰਜੈਕਸ਼ਨ ਵਗੈਰਾ। ਅਤੇ ਤੀਸਰੇ ਦਿਨ ਜਦੋਂ ਮੈਨੂੰ ਹੋਸ਼ ਆਇਆ ਅਤੇ ਮੈਂ ਉਹ ਬੈੱਡ ਦੇ ਉੱਤੇ ਜ਼ਾਹਰ ਦੇ ਕੇ ਮੈਨੂੰ ਹੋਸ਼ ਆਇਆ ਤਾਂ ਮੈਂ ਦੇਖ ਰਿਹਾ ਅਤੇ ਅੱਖਾਂ ਖੋਲ੍ਹ ਕੇ ਵੇਖਿਆ ਅਤੇ ਮੈਂ ਕਿਹਾ ਲੋ ਚੰਗਾ ਭਲਾ ਮੁਸੀਬਤ ਤੋਂ ਜਾਨ ਛੁੱਟੀ ਸੀ, ਫਿਰ ਉਹੀ ਸੀ ਆਪਾਂ ਉੱਥੇ। ਅੱਲਾਹ ਖੁਦਾ ਕੀ ਕਸਮ, ਮੇਰੀ ਇਹ ਫੀਲਿੰਗ, ਮੈਂ ਕਿਹਾ ਉਹ ਮੈਂ ਤਾਂ ਬੜਾ ਮਜ਼ੇ 'ਚ, ਅਤੇ ਇਹ ਕੀ ਹੋ ਗਿਆ ਇੱਕਦਮ। ਅਤੇ ਮੈਂ ਜੇ ਦੇਖਿਆ ਤਾਂ ਸਾਹਮਣੇ, ਚੂੰਕਿ ਅੰਦਰ ਕਿਸੇ ਨੂੰ ਆ ਨਹੀਂ ਸੀ ਦਿੰਦੇ ਉਹ ਕਿ ICU ਦੇ ਵਿੱਚ, ਬਲਕਿ ਨਹਾਇਤ ਮੈਂ ਲਿਟਰਲੀ ਸੁਣ ਕੇ ਨਾ ਇਹ ਵਾਕਿਆ, ਮੈਂ ਬੋਤਲ ਦੇ ਕੇ ਨਾ ਮੈਂ ਸੁਣੂਗਾ ਲਿਟਰਲੀ। ਮੈਂ ਉਹਨੂੰ ਦੇਖ ਰਿਹਾ ਕਿ ਉੱਥੇ ਅੰਦਰ ਕੋਈ ਨਹੀਂ ਸੀ ਆ ਸਕਦਾ, ਸਾਰਾ ਕਮਰੇ 'ਚ ਮੈਂ ਹੀ ਸਾਂ, ਅਤੇ ਮੈਂ ਦੇਖਿਆ ਤਾਂ ਸੁਹੇਲ ਸਾਹਿਬ ਸਾਹਮਣੇ ਕੁਰਸੀ 'ਤੇ ਬੈਠੇ ਨੇ ਅਤੇ ਮੇਰੇ ਵਾਲਿਆਂ 'ਚ ਵੇਖਦੇ ਨੇ, ਅਤੇ ਮੈਂ ਜੋ ਉਹਨੂੰ ਖੁਦ ਖਿਆਲੀ ਗੱਲਾਂ ਕਰਦੇ ਹਾਂ ਅਤੇ ਮੇਰਾ ਧਿਆਨ ਪਿਆ। ਮੈਂ ਕਿਹਾ ਕੀ ਹਾਲ ਹੈ, ਕਹਿੰਦਾ ਇਹੀ ਤਾਂ ਮੈਂ ਤੇਰਾ ਪੁੱਛਣਾ ਹੈ, ਤੂੰ ਠੀਕ ਆਏ ਆਏ ਆਏ। ਮੈਂ ਕਿਹਾ ਮੈਂ ਠੀਕ ਹੈ, ਕੀ ਹੋਇਆ? ਉਹਨਾਂ ਨੂੰ ਸਮਝ ਲੱਗ ਗਈ ਕਿ ਮੈਂ ਇੱਥੇ ਆਇਆ ਸਰ। ਜੀ 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 ਬਲ ਇਹ 2-3 ਦਿਨ ਬਾਅਦ ਮੁਝੇ ਬਤਾਇਆ ਫਿਰ ਗੱਲ ਵਾਲਾ ਉਹਨੇ ਕਿ ਇਸ ਆਪ ਕੇ ਯਾਨੀ ਕਿ ਪੁਨਰ ਜਨਮ ਹੋਆ। ਹਾਂ ਜੀ, ਮੇਰਾ ਪੁਨਰ ਜਨਮ ਹੋਇਆ ਸੀ ਪੁਸ਼ਪਾ ਸਾਹਿਬ, ਔਰ ਲੋਕੀ ਤੇ ਬਲਕਿ ਮੇਰੇ ਪੂਰਨ ਜਨਮ ਤੋਂ ਪਹਿਲੇ ਲੱਕੜੀਆਂ ਇਕੱਠੀਆਂ ਕਰਨ ਚਲੇ ਗਏ ਸਨ, ਬੱਚੇ ਮੇਰੇ ਦੇਸੀ ਘਿਓ ਲੈਣ ਚਲੇ ਗਏ ਸਨ, ਤੇ ਨਾਈ ਕੋਲ ਚਲਾ ਗਿਆ ਸੀ ਕਿ ਟਿੰਡ ਮੇਰੀ ਕਰਦੇ ਹੋ। ਮੈਂ ਕਿਹਾ ਕੋਈ ਗੱਲ ਨਹੀਂ, ਛੋਟਾ ਭਰਾ ਵੀ ਅੱਗ ਵਿਖਾ ਸਕਦਾ, ਸੀਪ ਸਾਹਿਬ ਨੂੰ ਬੁਲਾ ਲਓ, ਉਹਦੀ ਤੇ ਹੋਈ ਹੈ। ਬੰਦਾ ਕਾਮੇਡੀ ਕਰ ਰਿਹਾ, ਮੈਂ ਕਿਹਾ ਯਾਰ ਮੌਤ ਕੀ, ਉਹ ਮੇਰੇ ਮੌਲਾ ਫਰਮਾਤੇ ਹੈ, ਕਹਤੇ ਹੈ ਕਿ ਮੌਤ ਜ਼ਿੰਦਗੀ ਕਾ ਉਲਟ ਹੈ, ਅੱਲਾਹ ਮੌਤ ਐਕਚੁਅਲੀ ਹਯਾਤ ਹੈ, ਹਯਾਤ ਹਮਾਰੀ ਹਯਾਤ ਹੈ, ਅੱਲਾਹ ਪਾਕ ਹਮੇ ਮੁੰਤਕਿਲ ਕਰੇ ਔਰ ਹਮੇ ਦੇਸ ਨਾ ਕਰੇ, ਹਮ ਹਲਾਕ ਨਾ ਹੋ, ਹਮ ਮਰੇ, ਅੱਲਾਹ ਕਿਉਂਕਿ ਉਹ ਕਹਤੇ ਹੈ ਨਾ ਕਿ ਖੁਦ ਮਰ ਜਾਓ, ਮੌਲਾ ਫਰਮਾਤੇ ਹੈ, ਵਗਰਨਾ ਮਾਰ ਦੀਏ ਜਾਓ, ਮਾਰ ਦੀਏ ਜਾਓਗੇ। ਤੋ ਮੋਮਨ ਦੋ ਦਫਾ ਮਰਤਾ ਹੈ, ਇੱਕ ਖੁਦ ਸੇ ਖੁਦ ਕੋ ਮਾਰਤਾ ਹੈ, ਔਰ ਇੱਕ ਦਫਾ ਵੋ ਜਬ ਉਸਕੀ ਆਈ, ਇੱਕ ਤੁਹਾਨੂੰ ਮੁੰਨੇ ਭਾਈ ਨੇ ਮਾਰਤਾ, ਤੁਹਾਡਾ ਯੂਟਿਊਬ ਜੀ ਨਹੀਂ, ਮੁੰਨੇ ਭਾਈ ਨੇ ਤਾਂ ਮੈਨੂੰ ਉੱਥੇ ਮਾਰੇ ਹੈ ਕਿ ਜਿੱਥੇ ਮੈਨੂੰ ਪਾਣੀ ਵੀ ਨਹੀਂ ਲੱਭ ਰਿਹਾ ਬਈ। ਕਿਉਂ ਆਪਣੇ ਇਤਨੇ, ਮੈਂ ਤਾਂ ਹੈਰਾਨ ਹੋ ਗਿਆ ਯਾਰ, ਆਪਣੇ ਸਭ ਕੁਝ ਉਸਕੋ ਉਠਾ ਕੇ ਦੇ ਦਿਆ ਯਾਰ, ਵੀ ਤੁਹਾਨੂੰ ਕੀ ਪ੍ਰੋਬਲਮ ਹੈ, ਮੈਂ ਤਦੀ ਫਰਸ਼ ਤੋਂ ਕੱਢ ਕੇ ਦੇ ਦਿੱਤਾ ਯਾਰ। ਉਹ ਪਰਸ ਪਰਸ ਨਹੀਂ, ਲੇਕਿਨ ਮੈਂ ਸਭ ਕੁਝ ਉਸਕੋ ਦੇ ਦਿਆ। ਮੈਂ ਕਿਉਂ ਦੇ ਦਿੱਤਾ, ਮੈਨੂੰ ਦੱਸਦੇ ਸੀ, ਸਾਡੇ ਕੋਲ ਤਾਂ ਤੇਜ਼ ਤੇਜ਼ ਬੋਲਦਾ ਵੀ ਦਮ ਵੀ ਕਰ ਦਿੰਦਾ, ਚਲੋ ਬਾਤ ਕਰਦਾ। ਅੱਛਾ ਜੀ, ਦੁਬਾਰਾ ਜਨਮ ਲੈਣੇ ਕੇ ਬਾਅਦ ਆਪਕੋ ਫਿਰ ਬਾਅਦ ਦੁਬਾਰਾ ਇੱਕ ਵਾਰੀ ਜਨਮ ਤਾਂ ਮੇਰਾ ਯਕੀਨ ਨਹੀਂ, ਕਿਉਂ ਫਿਰ ਦਾਈ ਦਾ ਖਰਚਾ ਮੇਰੇ ਵੀਰਾ ਮੈਨੂੰ ਭਾਈ ਅੱਲਾਹ ਕੀ ਜ਼ਾਤ ਜਿਸ ਕੋ ਜਨਮ ਦੇ। ਅੱਛਾ ਉਹ ਵਾਲੀ ਬਾਤ, ਹਾਂ ਉਹੀ ਕਹਿ ਰਹਾ ਹਾਂ ਕਿ ਦੁਬਾਰਾ ਆਨੇ ਕੇ ਬਾਅਦ ਆਪਕੋ ਫਿਰ ਰੈਸਟ ਕਰਤੇ, ਆਪ ਮੌਲਵੀ ਹੋ ਜਾਤੇ, ਸੂਫੀ ਹੋ ਜਾਤੇ, ਦਾਣੇ ਦੂਣੇ ਪੜਤੇ, ਤੁਸੀਂ ਯੂਟਿਊਬ ਤੇ ਆ ਕੇ ਜ਼ਾਪ ਪਾ, ਕਿਹੜਾ ਕਿਸੇ ਨਾਈਟ ਕਲੱਬ ਚੋਂ ਫੜਿਆ ਗਿਆ ਜਾਂ ਮੈਂ ਕਿਹੜਾ ਉੱਥੇ ਪੀ ਕੇ ਸੜਕ ਤੇ ਡਿੱਗਿਆ ਹੁੰਦਾ, ਜੇ ਦੱਸ ਦਿਓ ਮੇਰੀ ਜੇਬ ਚੋਂ ਕੋਈ ਕਮਸਈ ਦੇ ਦਾਣੇ ਨਿਕਲ ਆਏ ਨੇ। ਪੈਸਾ ਆਪਨੇ ਕਮਾ ਲਿਆ ਤਾਂ, ਫਿਲਮ ਐਕਟਰ ਆਪ ਇਤਨੇ ਬੜੇ ਹੈ, ਸਟੇਜ ਐਕਟਰ ਆਪ ਇਤਨੇ ਬੜੇ ਹੈ, ਟੀਵੀ ਆਪਨੇ ਰਗੜ ਦਿਆ ਪਕੜ ਕੇ, ਹਰ ਜਗ੍ਹਾ ਸੇ ਪੈਸਾ ਕਮਾ ਲਿਆ,
तो इस दूसरी जिंदगी के बाद आपको चाहिए था, आप तो किसी दरबार पे जाके बैठ जाते यार। तू अपना जिंदगी से मेरा फिर कोई काम नहीं करता, मेरे मगर ही रहना है कि उसने ये कर दिया उसने वो। अच्छा ये बताएं कि आपने इतने इंटरव्यूज किए हैं, किसी रकासा का इंटरव्यू किया? यानी कि मैंने अपने आप को टाइम मिले तो मैं किधर और जाके बजा। क्या मतलब? मेरे अंदर दो तीन रकासा फोत हो चुकी है ने। अच्छा हाँ, जिम्मे मैं फोत हुई सी मैं उठ पे वो दफरी। हाँ। रकासा तुम रात के देखो, रकासा जेड़ा लफ्ज है ना वो एक आर्टिस्टिक। मैं तो इसलिए तमीज के बारे में रहते हैं। हाँ जी, मैंने इत्तेफाक से अभी तक किसी डांसर का इंटरव्यू नहीं किया। कोई क्यों नहीं किया भाई? अभी शायद कोई मौका नहीं मिला। पैसे मालूम नहीं, मेरे को पैसे नहीं सी, मैं इस करके नहीं सी किया। हूँ कह हर सवाल तो बाद कट के छठा पहले लावे तो फिर उस तो बाद अगली गल कर। मैं माड़ा जहा आदमी हाँ, मैं किधरे ना किसी का इंटरव्यू वेख के खुश हो जाना। अगर डांसर ने गल पता क्यों छठे मारे? हाँ मुन्ने भाई ने आपको छठे मारने के लिए पैसे दिए नहीं यार। तू तो मुन्ना भाई मेरी छेड़ी बनाती है।